ਅਸਲਾਮ ਵਾਲੇਕਮ ਦੋਸਤੋ, ਤੁਸੀਂ ਵੇਖ ਰਹੇ ਹੋ ਪਾਰਕ ਟੀਵੀ ਅਤੇ ਮੈਂ ਤੁਹਾਡਾ ਦੋਸਤ ਮੁਹੰਮਦ ਆਸਿਫ। ਦੋਸਤੋ, ਕਿ ਤੁਹਾਡੇ ਵਾਸਤੇ ਹਰ ਰੋਜ਼ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਦੋਸਤੋ, ਤੁਹਾਡੇ ਵਾਸਤੇ ਲੈ ਕੇ ਆਇਆ ਮੱਝ, ਕੈਮਰਾਮੈਨ ਮੱਝ ਹੁਸੈਂਦਾ, ਫਿਰ ਆਪਾਂ ਗੱਲ ਕਰਨੀ ਹੈ। ਦੋਸਤੋ, ਮੱਝ ਤੁਹਾਨੂੰ ਵਿਖਾਈਏ ਅਤੇ ਜਿਹੜੇ ਬਾਈ ਹਨ ਉਹ ਹੈਨ ਕੋਈ ਬੀਬੀਆਂ ਹੈ ਅਤੇ ਬੀਬੀਆਂ ਆਖਿਆ ਵੀ ਉਹ ਬਾਈ ਲੈ ਗਏ ਚਾਰਾ ਲੈਣ ਗਏ ਨੇ ਅਤੇ ਮੱਝ ਦੀ ਜੀ ਅਸਾਂ ਡਿਟੇਲ ਪੁੱਛੀ ਉਹਨਾਂ ਕੋਲ ਬੀਬੀਆਂ ਕੋਲ, ਉਹ ਕਹਿੰਦੇ ਨੇ ਵੀ ਰਾਤ ਨੂੰ ਸੋਈਏ। ਦੂਸਰਾ ਮਾਦਰਤ ਨਾਲ ਮੈਨੂੰ ਪਤਾ ਨਹੀਂ ਲੱਗਾ, ਉਹ ਕਹਿੰਦੇ 3-4 ਦਿਨ ਦੀ ਸੋਈਏ ਥੱਲੇ ਉਹਨਾਂ ਦੇ ਕੱਟੀ ਹੈ ਅਤੇ ਤਕਰੀਬਨ ਉਹਨਾਂ ਕਹਿ ਰਹੇ ਨੇ ਕਿ ਅੱਧ ਅਸੀਂ ਯਾਨੀ ਕਿ ਚੁਣਨੇ ਹਾਂ, ਦੋ ਥਣ ਚੁਣਨੇ ਹਾਂ ਅਤੇ ਦੋ ਥਣਾਂ 'ਚੋਂ 4 ਕਿਲੋ 4.5 ਕਿਲੋ ਬਾਲਾ ਅਸੀਂ ਚੋ ਰਹੇ ਹਾਂ। ਹੁਣ ਤਕਰੀਬਨ 3-4 ਦਿਨ ਦੀ ਸੋਈ ਹੋਈ ਹੈ ਅਤੇ ਚੌਥੇ ਸੂਏ ਦੀ ਹੈ ਕੀਮਤ ਉਹਨਾਂ ਆਖਿਆ ਕਿ ਤਕਰੀਬਨ 2 ਲੱਖ ਰੁਪਏ ਉਹਨਾਂ ਆਖਿਆ ਜੀ। ਫਾਈਨਲ ਲੈਣੇ ਨੇ, ਇਸ ਤੋਂ ਘੱਟ ਨਹੀਂ ਲੈਣੇ ਅਸਾਂ ਜੀ। ਅਤੇ ਦੋਸਤੋ, ਤੁਹਾਨੂੰ ਕੱਟੀ ਅਸੀਂ ਵਿਖਾ ਦਿੰਦੇ ਹਾਂ, ਕੱਟੀ ਵੇਖ ਲਓ ਅਤੇ ਫਿਰ ਜਿਹੜੀ ਗੱਲ ਮੱਝ ਦੁਬਾਰਾ ਮੁੜ ਤੁਹਾਨੂੰ ਦੱਸਣੇ ਆ ਡਿਟੇਲ।
ਦੋਸਤੋ ਤਕਰੀਬਨ ਨਾ ਘੰਟਾ ਕੁ ਹੋ ਗਿਆ ਚੁਆਏ ਨੂੰ, ਇਸ ਵਜ੍ਹਾ ਤੋਂ ਜਿਹੜੇ ਤੁਹਾਨੂੰ ਖਾ ਦਿੱਤੀ ਉਹ ਤੁਹਾਡੇ ਸਾਹਮਣੇ ਸਾਰਾ ਕੁਛ ਥਾਣਾ ਵਾਨਾ, ਬਾਕੀ ਚੌਥੇ ਸੂਹੇ ਦੀ ਕਾਧ ਦਾ ਵਾਰ ਮੱਝ ਹੈ ਦੁੱਧ ਦੇਵਣ ਵਾਲੀ ਹੈ, ਅਤੇ ਉਹ ਕਹਿ ਰਹੇ ਨੇ ਤਕਰੀਬਨ ਇਹ ਇੱਕ ਟਾਈਮ ਦਾ, ਅਗਰ ਸਾਡੇ ਕੋਲ ਪੱਠੇ ਨਹੀਂ ਪਾਉਂਦੇ ਪਏ ਵੀ ਸਾਨੂੰ ਕਿ ਸਾਨੂੰ ਕੋਈ ਕੰਮ ਇਸ ਤਰ੍ਹਾਂ ਦਾ ਬਣੇ ਖੜੋਤੇ ਨੇ, ਅਤੇ ਤਕਰੀਬਨ 8-9 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਰਹੀ ਸਾਡੇ ਕੋਲ ਜਿਸ ਅਸੀਂ ਪੱਠੇ ਪਾਉਂਦੇ ਹਾਂ। ਹੁਣ ਸਾਨੂੰ ਪੱਠਿਆਂ ਦੀ ਕਮੀ ਦੀ ਵਜ੍ਹਾ ਨਾਲ ਕੋਈ ਮਸਲਾ ਦੀ ਵਜ੍ਹਾ ਨਾਲ ਤਕਰੀਬਨ 4.5 ਕਿਲੋ ਇੱਕ ਸਾਈਡ ਤੋਂ ਉਹਨਾਂ ਚੋਇਆ ਹੈ, ਦੋ ਥਣਾਂ ਦਾ ਦੋ ਥਣ ਉਹਨਾਂ ਕੱਟੀ ਨੂੰ ਛੱਡੇ ਨੇ, ਅਤੇ 2 ਲੱਖ ਰੁਪਈਆ ਉਹਨਾਂ ਦੀ ਕੀਮਤ ਫਾਈਨਲ ਹੈ ਜੀ। ਤੁਸੀਂ ਪਸੰਦ ਕਰਕੇ ਖਰੀਦ ਸਕਦੇ ਹੋ। ਅਸੀਂ ਇੱਕ ਵਾਰ ਫਿਰ ਕਹਿੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਲਾਈਕ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਮਿਲਾਂਗੇ ਦੋਸਤੋ ਅਗਲੀ ਵੀਡੀਓ ਦੀ, ਇਜਾਜ਼ਤ ਦਿਓ, ਖੁਦਾ ਹਾਫਿਜ਼।